ਇਹ ਦੁਨੀਆ ਤਾਂ ਇੱਕ ਮੇਲਾ ਏ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਇਹ ਦੁਨੀਆ ਤਾਂ ਇੱਕ ਮੇਲਾ ਏ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ, ਕੋਈ ਖੁਸ਼ੀ ਮਨਾਉਂਦਾ ਥੱਕਦਾ ਨਹੀਂ ਤੇ ਕੋਈ ਦੁੱਖਾਂ ਵਿੱਚ ਉਮਰ ਲੰਘਾ ਜਾਂਦਾ, ਕੋਈ ਪਲ ਵਿੱਚ ਦਿਲ ਨੂੰ ਤੋੜ ਦੇਵੇ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ, ਕੋਈ ਪਲ ਵਿੱਚ ਦਿਲ ਨੂੰ ਤੋੜ ਦੇਵੇ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ। ਇਹਨਾਂ ਖੂਬਸੂਰਤ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਤੁਹਾਡੇ ਰੂਬਰੂ ਲਗਭਗ 8-9 ਸਾਲ ਤੋਂ ਕਰਦੇ ਆ ਰਹੇ ਹਾਂ। ਬਾਕੀ ਦੀ ਗੱਲਬਾਤ ਜਿਹੜੀ ਹੈਗੀ ਮੈਂ ਕਰਦਾ ਹੁੰਦਾ ਸ਼ੋਅ ਦੇ ਸ਼ੁਰੂਆਤ ਦੇ ਵਿੱਚ, ਉਹ ਮੈਂ ਹੁਣ ਅੱਜ ਮੈਂ ਬਾਅਦ ਦੇ ਵਿੱਚ ਕਰੂੰਗਾ, ਕਿਉਂਕਿ ਸ਼ੋਅ ਦਾ ਫਾਰਮੈਟ ਅੱਜ ਐਸਾ ਕਿ ਮੈਂ ਵੇਟ ਨਹੀਂ ਕਰ ਸਕਦਾ ਔਰ ਨਾ ਸਾਡੇ ਜਿਹੜੇ ਦਰਸ਼ਕ ਨੇ ਘਰਾਂ ਵਿੱਚ ਬੈਠੇ ਉਹਨਾਂ ਨੂੰ ਵੇਟ ਕਰਾ ਸਕਦਾ, ਕਿਉਂਕਿ ਸ਼ੋਅ ਦੇ ਵਿੱਚ ਅੱਜ ਸਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਹਿ ਸਕਦੇ ਹਾਂ ਅਦਾਕਾਰਾ, ਬਹੁਤ ਖੂਬਸੂਰਤ ਅਦਾਕਾਰਾ, ਬਹੁਤ ਟੈਲੈਂਟਡ ਅਦਾਕਾਰਾ ਜਿਹੜੀ ਆ ਉਹ ਸਾਡੇ ਨਾਲ ਜੁੜੀ। ਇਸ ਕਰਕੇ ਮੈਂ ਨਾ ਆਪ ਵੇਟ ਕਰਨੀ ਚਾਹੁੰਦਾ ਅਤੇ ਨਾ ਮੈਂ ਸਾਡੇ ਦਰਸ਼ਕਾਂ ਨੂੰ ਵੇਟ ਕਰਨੀ ਚਾਹੁੰਦਾ। ਗੱਲ ਹੈਗੀ ਹੈ ਜੀ ਫਿਲਮਾਂ ਦੀ। ਫਿਲਮਾਂ ਲਗਭਗ 1.5-2 ਸਾਲ ਬਾਅਦ ਫਿਰ ਰੁਝਾਨ ਸ਼ੁਰੂ ਹੋਇਆ। ਇੱਕ ਵਾਰੀ ਇਉਂ ਲੱਗਦਾ ਸੀਗਾ ਕਿ ਫਿਲਮਾਂ ਦੁਬਾਰਾ ਜਦੋਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਲੋਕਾਂ ਨੇ ਸਿਨੇਮੇ ਦੇ ਵਿੱਚ ਜਾਣਾ ਨਹੀਂ, ਕਿਉਂਕਿ ਕੋਵਿਡ ਤੋਂ ਡਰੇ ਹੋਏ ਨੇ ਲੋਕ। ਪਰ ਫਿਲਮ ਰਿਲੀਜ਼ ਹੋਣ ਦੀ ਦੇਰ ਆ, ਪਹਿਲੀ ਪੰਜਾਬੀ ਫਿਲਮ ਉਸ ਵਾਰ ਰਿਲੀਜ਼ ਹੋਣ ਦੀ ਦੇਰ ਆ ਕਿ ਫਿਲਮਾਂ ਦੇ ਵਿੱਚ ਦਰਸ਼ਕ ਹੁੰਮ ਹਮਾ ਕੇ ਪਹੁੰਚੇ ਨੇ। ਬਹੁਤ ਭਰਮਾ ਹੁੰਗਾਰਾ ਫਿਲਮਾਂ ਨੂੰ ਦਿੱਤਾ ਕੋਵਿਡ ਤੋਂ ਬਾਅਦ ਵੀ। ਹੁਣ ਇਸੇ ਕੜੀ ਦੇ ਵਿੱਚ ਇੱਕ ਬੜੀ ਵਧੀਆ ਫਿਲਮ, ਜਿਹੜੀ ਇਹ ਫਿਲਮ ਜਦੋਂ ਪਹਿਲਾਂ ਆਈ ਸੀਗੀ ਅਤੇ ਉਹ ਬਹੁਤ ਸੁਪਰ ਡੁਪਰ ਹਿੱਟ ਹੋਈ ਸੀ, ਉਹ ਰਿਟਰਨਸ ਹੁਣ ਹੋਈ ਹੈ। ਯਾਨੀ ਕਿ ਫਿਲਮਾਂ ਜਦੋਂ ਕੋਈ ਸੁਪਰ ਡੁਪਰ ਹਿੱਟ ਹੋ ਜਾਂਦੀ ਹੈ ਅਤੇ ਫਿਰ ਉਹ ਨੰਬਰ 2, ਨੰਬਰ 3 ਤੱਕ ਵੀ ਬਣਦੀਆਂ ਨੇ, 4 ਤੱਕ ਵੀ ਬਣਦੀਆਂ ਨੇ, ਅਤੇ ਜਾਂ ਫਿਰ ਉਹਨਾਂ ਨੂੰ ਅਸੀਂ ਰਿਟਰਨ ਦਾ ਨਾਮ ਦੇ ਦਿੰਦੇ ਹਾਂ ਵੀ ਇੱਕ ਵਾਰ ਫਿਰ ਵਾਪਸ ਆ ਗਈ ਹੈ। ਫਿਲਮ ਸੀਗੀ ਯਾਰ ਅਣਮੁੱਲੇ। ਯਾਰ ਅਣਮੁੱਲੇ ਪਹਿਲਾਂ ਆਈ ਸੀ, ਬਹੁਤ ਭਰਮਾ ਹੁੰਗਾਰਾ ਮਿਲਿਆ, ਬਹੁਤ ਸਟਾਰਕਾਸਟ ਨੂੰ ਭਰਮਾ ਹੁੰਗਾਰਾ ਮਿਲਿਆ। ਵੱਖਰੀ ਗੱਲ ਇਹ ਵੀ ਰਹੀ ਕਿ ਉਹਦੇ ਹੀਰੋ ਜਿਹੜੇ ਸੀਗੇ ਉਹਦਾ ਨਾਮ ਹੀ ਅਸਲੀ ਨਾਮ ਲੋਕ ਘੱਟ ਜਾਣਦੇ ਸੀਗੇ ਅਤੇ ਹੀਰੋ ਦਾ ਜਿਹੜਾ ਨਾਂ ਕਰੈਕਟਰ ਦਾ ਸੀ ਉਹ ਜ਼ਿਆਦਾ ਜਾਣਦੇ ਸੀ, ਜੱਟ ਟਿੰਕੇ ਤੌਰ 'ਤੇ। ਸੋ ਉਹ ਫਿਲਮ ਦੁਬਾਰਾ ਫਿਰ ਰਿਲੀਜ਼ ਹੋ ਰਹੀ ਹੈ 10 ਸਤੰਬਰ ਨੂੰ, ਅਤੇ ਉਹਦੇ ਵਿੱਚ ਬਹੁਤ ਵਧੀਆ ਵਧੀਆ ਆਰਟਿਸਟ ਨੇ, ਬਹੁਤ ਵਧੀਆ ਫਿਲਮਾਂ ਸ਼੍ਰੀ ਫਿਲਮ ਨੇ ਬਣਾਈਆਂ, ਜਰਨੈਲ ਕਮਾਨ ਹੁਣ ਵੀ ਨਾਲ ਨੇ, ਅਤੇ ਅੱਜ ਉਸ ਫਿਲਮ ਦੀ ਇੱਕ ਖੂਬਸੂਰਤ ਅਦਾਕਾਰਾ ਮੇਰੇ ਨਾਲ ਜੁੜੀ ਹੈ ਜਿਨ੍ਹਾਂ ਨੇ ਲਗਭਗ ਊਂ ਸਫ਼ਰ ਸ਼ੁਰੂ ਕਰੀਏ ਬੜੀ ਛੋਟੀ ਉਮਰ ਦੇ ਵਿੱਚ ਸ਼ੁਰੂ ਕਰਤਾ ਸੀਗਾ। 2011 ਦੇ ਵਿੱਚ ਇਸ ਲਾਈਨ ਦੇ ਵਿੱਚ ਪੈਰ ਧਰਿਆ ਸੀਗਾ ਅਤੇ 2017 ਦੇ ਵਿੱਚ ਉਹਨਾਂ ਦੀਆਂ ਫਿਲਮਾਂ ਵੀ ਆਈਆਂ, ਕੀ ਕੀ ਫਿਲਮਾਂ ਆਈਆਂ ਅਤੇ ਕਿਹੜੇ ਕਿਹੜੇ ਗਾਣੇ ਆਏ ਉਹ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ। ਪੰਜਾਬ ਦੇ ਤਕਰੀਬਨ ਜਿਹੜੇ A+ ਗਾਇਕ ਕਲਾਕਾਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਕੰਮ ਕੀਤਾ ਅਤੇ ਫਿਲਮਾਂ ਦੀ ਅੱਜ ਅਸੀਂ ਗੱਲ ਕਰਾਂਗੇ, ਖਾਸ ਤੌਰ 'ਤੇ ਯਾਰ ਅਣਮੁੱਲੇ ਦੀ, ਅਤੇ ਉਸ ਤੋਂ ਬਾਅਦ ਜਾਣਾਂਗੇ ਕੁਛ ਹੋਰ ਉਹਨਾਂ ਬਾਰੇ। ਅਤੇ ਮੈਂ ਸੱਦਾ ਦੇਣ ਜਾ ਰਿਹਾ ਜੀ, ਅੱਜ ਸਾਡੇ ਸਟੂਡੀਓ ਵਿੱਚ ਨਹੀਂ, ਸਕਾਈਪ ਦੇ ਜ਼ਰੀਏ ਕੈਨੇਡਾ ਤੋਂ ਗੱਲ ਕਰ ਰਹੇ ਨੇ ਨਵਪ੍ਰੀਤ ਬੰਗਾ ਜੀ। ਨਵਪ੍ਰੀਤ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਵਾਹ ਜੀ ਵਾਹ, ਬਹੁਤ ਵਧੀਆ ਅੱਜ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਸਵਾਲ ਮੈਂ ਪਹਿਲਾਂ ਫਿਲਮ ਬਾਰੇ ਕਰਨਾ ਚਾਹੁੰਦਾ ਸੀ, ਪਰ ਹੁਣ ਮੇਰੇ ਸਵਾਲ ਦਿਮਾਗ 'ਚ ਇੱਕ ਹੋਰ ਆ ਗਿਆ ਤੁਹਾਨੂੰ ਦੇਖ ਕੇ। ਕਿਹੜਾ ਸਵਾਲ? ਮੈਂ ਇਹ ਸਵਾਲ ਆ ਗਿਆ ਵੀ ਤੁਹਾਡੇ ਨਾਲ ਕਦੇ ਪ੍ਰਿਯੰਕਾ ਚੋਪੜਾ ਨੂੰ ਜੈਲਸੀ ਨਹੀਂ ਹੋਈ? ਹਾਂਜੀ ਹੋਈ ਹੋਏਗੀ ਜ਼ਰੂਰ। ਹਾਂਜੀ ਵੀ ਅਤੇ ਚਲੋ ਬਹੁਤ ਵਧੀਆ, ਬਹੁਤ ਪਰਮਾਤਮਾ ਨੇ ਟੈਲੈਂਟ ਵੀ ਬਖਸ਼ਿਆ ਜੀ ਅਤੇ ਖੂਬਸੂਰਤੀ ਵੀ ਬਹੁਤ ਵਧੀਆ ਬਖਸ਼ੀ ਹੈ। ਅਤੇ ਅਸੀਂ ਸ਼ੁਰੂ ਕਰਾਂਗੇ ਜੀ ਗੱਲ ਵੈਸੇ ਯਾਰ ਅਣਮੁੱਲੇ ਰਿਟਰਨ ਤੋਂ, ਉਦੋਂ ਬਾਅਦ ਅਸੀਂ ਭਲਵਾਨ ਸਿੰਘ ਵੱਲ ਵੀ ਜਾਵਾਂਗੇ ਅਤੇ ਬਾਕੀ ਫਿਲਮਾਂ ਤੁਹਾਡੀਆਂ ਆਈਆਂ ਉੱਧਰ ਵੀ ਜਾਵਾਂਗੇ। ਅਤੇ ਯਾਰ ਅਣਮੁੱਲੇ ਰਿਟਰਨ ਫਿਲਮ ਤੋਂ ਬਹੁਤ ਵਧੀਆ ਉਮੀਦਾਂ ਵੀ ਨੇ ਦਰਸ਼ਕਾਂ ਨੂੰ ਅਤੇ ਜਿਹੜੇ ਇਹਦੇ ਗੀਤ ਆਏ ਨੇ ਤੁਹਾਡੇ ਸਾਰੇ ਜਾਂ ਟ੍ਰੇਲਰ ਆਇਆ ਅਤੇ ਉਹ ਬਹੁਤ ਵਧੀਆ ਪਸੰਦ ਵੀ ਕੀਤਾ ਜਾ ਰਿਹਾ। ਤੁਸੀਂ ਇਸ ਫਿਲਮ ਦੇ ਨਾਲ ਕਿਵੇਂ ਜੁੜੇ ਜੀ ਨਵਪ੍ਰੀਤ ਜੀ? ਮੈਨੂੰ ਬਸ ਕੰਟੈਕਟ ਹੋਇਆ ਸਾਡੇ ਡਾਇਰੈਕਟਰ ਜੀ ਤੋਂ, ਉਹਨਾਂ ਨੇ ਮੇਰਾ ਕੰਮ ਪਹਿਲਾਂ ਦੇਖਿਆ ਸੀ, ਉਹ ਦੇਖਦੇ ਸੀ ਕਿ ਮੈਂ ਇੱਕ ਹੀ ਟਾਈਪ ਦਾ ਰੋਲ ਜ਼ਿਆਦਾਤਰ ਕਰਦੀ ਹਾਂ, ਬਹੁਤ ਹੀ ਮਤਲਬ ਡੇਂਜਰਸ ਤੇ ਖੜਕੂ ਜਿਹਾ, ਤੇ ਉਹ ਕਹਿੰਦੇ ਤੇਰੇ ਤੇ ਬਸ ਨੈਚੁਰਲ ਲੱਗਦਾ ਆ, ਤੇਰੇ ਤੇ ਜੱਚਦਾ ਆ ਏਦਾਂ ਦਾ ਰੋਲ, ਤਾਂ ਮੈਨੂੰ ਏਦਾਂ ਦੇ ਹੀ ਰੋਲ ਕਰਨੇ ਪਸੰਦ ਆ ਤੇ ਉਹਨਾਂ ਨੇ ਕਿਹਾ ਆਹ ਤੇਰੇ ਲਈ ਬਣਿਆ ਦਾ ਰੋਲ। ਅੱਛਾ ਇਹ ਤੂੰ ਗੱਲ ਇੱਦਾਂ ਵੀ ਤੁਸੀਂ ਜਿਵੇਂ ਰੋਲ ਦੀ ਗੱਲ ਕੀਤੀ, ਬੜੇ ਡੇਂਜਰਸ ਖੜਕੂ ਟਾਈਪ ਰੋਲ ਕਰਦੇ ਹੋ ਜਿਵੇਂ ਹਥਿਆਰ 2 ਦੇ ਵਿੱਚ ਵੀ ਤੁਹਾਡਾ ਕਰੈਕਟਰ ਹੈ, ਤੇ ਵੈਸੇ ਵੀ ਨਵਪ੍ਰੀਤ ਦਾ ਵੈਸੇ ਨਵਪ੍ਰੀਤ ਦੀ ਨੇਚਰ ਕਿਹੋ ਜਿਹੀ ਹੈ ਦੱਸੋਗੇ ਜਰਾ? ਨਵਪ੍ਰੀਤ ਦੀ ਨੇਚਰ ਏਦਾਂ ਦੀ ਹੀ ਹੈ, ਪਰ ਆਈ ਥਿੰਕ ਘਰੇ ਬਹੁਤ ਸਵੀਟ ਆ, ਪਰ ਸਕਰੀਨ ਤੇ ਖੜਕੂ ਮੈਂ ਤੇ ਮੈਨੂੰ ਬਹੁਤ ਮਤਲਬ ਮਜ਼ਾ ਆਉਂਦਾ ਉਹ ਪਲੇ ਕਰਕੇ, ਕਿਉਂਕਿ ਆਈ ਥਿੰਕ ਜਿੱਦਾਂ ਦਾ ਮੇਰਾ ਤੁਰਨਾ ਆ ਬਹਿਣਾ ਹੈ ਇਟਸ ਲਾਈਕ ਬਹੁਤ ਡਿਫਰੈਂਟ, ਸ਼ੁਰੂ ਤੋਂ ਕਹਿੰਦੇ ਆ ਤੇ ਮੈਨੂੰ ਵੀ ਲੱਗਦਾ ਸੀ ਮੈਂ ਥੋੜੀ ਡਿਫਰੈਂਟ ਆ, ਪਰ ਮੈਂ ਉਹਨੂੰ ਥੋੜਾ ਯੂ ਨੋ ਥੋੜਾ ਸ਼ਾਈਨ
डिफरेंट हो डिफरेंट हो तुसी असी गल चाहे कर लिए भलवान सिंह वाले रोल की मुंडा फरीदकोट की गल कर लिए। अच्छा इधरले पासे असी बाद विच आउंदे आ, पहिलां यार अनमुल्ला की होर गल कर लिए, यार अनमुल्ला रिटर्न की, तो ये किवें लग्या तुहानू कम करके? इस तो पहला मेरे ख्याल दो फिल्मां ही कीतियां, ज्यादा फिल्मां तां नहीं कीतियां? नहीं 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 मेरी शुरुआत वैसे हुई सी सोशल मीडिया तो, मैं एक यू नो नॉर्मल जी इत्थे लाइफ जी रही सी, तो मैं अपने मीडिया के थ्रू अपनी वीडियोस पाउण लग पी, तो उहदे विच जो कैरेक्टर सीगा वो डायरेक्टर्स ने यू नो बहुत लाइक किया, तो मैनू यू नो जिदा जिदा फिल्म आ रही जिदा जिदा दे रोल मिल रहे हैं मैं उन्होंने भी सिलेक्ट कर रही हूँ जेडे मैनु सूट करते हैं ज्यादातर। तो भलवान सिंह भी इदा ही सी, ਉਹਦੇ ਵਿੱਚ ਵੀ ਅਗਰ ਤੁਸੀਂ ਦੇਖੀ ਆ ਫਿਲਮ ਤੇ ਉਹ ਵੀ ਬਹੁਤ ਜ਼ਿਆਦਾ ਡਿਫਰੈਂਟ ਆ ਰੋਲ, ਆਈ ਥਿੰਕ ਕੁੜੀਆਂ ਨੂੰ ਪਰ ਮੁੰਡਾ ਫਰੀਦਕੋਟੀਆ ਦੇ ਵਿੱਚ ਬਿਲਕੁਲ ਡਿਫਰੈਂਟ ਸੀ। ਹਾਂ ਮੁੰਡਾ ਫਰੀਦਕੋਟੀਆ 'ਚ ਮੈਂ ਕੁਛ ਨਵਾਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਨਾ ਕੁਛ ਦੇਖਾਂ ਕਿ ਮੇਰੇ ਤੋਂ ਹੋ ਸਕਦਾ ਆ। ਬਹੁਤ ਹੀ ਜ਼ਿਆਦਾ ਮਤਲਬ ਇੱਕ ਗਰਲੀ ਜਿਹੀ ਕੁੜੀ ਆ ਉਹ, ਤੇ ਪਾਕਿਸਤਾਨ ਦੀ ਰਹਿਣ ਵਾਲੀ ਹੈ, ਜੋ ਮੈਨੂੰ ਨਵੀਂ ਚੀਜ਼ਾਂ ਟਰਾਈ ਕਰਨੀਆਂ ਬਹੁਤ ਵਧੀਆ ਲੱਗਦਾ। ਬਹੁਤ ਵਧੀਆ। ਤੇ ਇਹਦੇ 'ਚ ਕਿਹੋ ਜਿਹਾ ਕਰੈਕਟਰ ਆ ਜੀ ਯਾਰ ਅਨਮੁੱਲੇ ਰਿਟਰਨ, ਜਿਹੜੀ 10 ਸਤੰਬਰ ਨੂੰ ਰਿਲੀਜ਼ ਹੋ ਰਹੀ ਆ ਔਰ ਉਡੀਕ ਕਰ ਰਹੇ ਦਰਸ਼ਕ, ਕਿਸ ਤਰ੍ਹਾਂ ਦਾ ਕਰੈਕਟਰ ਤੁਹਾਡਾ? ਸੋ ਯਾਰ ਅਨਮੁੱਲੇ 'ਚ ਮੇਰਾ ਰੋਲ ਹੈਗਾ ਸਿਮੀ ਦਾ, ਤੇ ਉਹ ਇੱਕ NRI ਕੁੜੀ ਆ, ਤੇ ਬਹੁਤ ਹੀ ਜ਼ਿਆਦਾ ਟੌਮ ਬੋਇਸ਼, ਮਤਲਬ ਮੂੰਹ ਤੇ ਕਹਿਣ ਵਾਲੀ ਗੱਲ, ਤੇ ਜੇ ਅਗਰ ਉਹਨੂੰ ਕੋਈ ਪਸੰਦ ਨਹੀਂ ਹੈ ਤਾਂ ਉਹ ਮੂੰਹ ਤੇ ਹੀ ਕਹਿ ਦਿੰਦੀ ਹੈ ਕਿ ਆਈ ਡੋਂਟ ਲਾਈਕ ਯੂ, ਤੇ ਉਹਨੂੰ ਐਕਚੁਅਲੀ ਟਿੰਕਾ ਵੀ ਬਿਲਕੁਲ ਪਸੰਦ ਨਹੀਂ ਹੁੰਦਾ। ਸੋ ਯਾਰ ਮੇਰੀ ਲਾਈਕ ਸਾਰੀ ਫਿਲਮ ਦੇ ਵਿੱਚ ਉਹਦੇ ਨਾਲ ਬਣਦੀ ਨਹੀਂ ਹੈ, ਤੇ ਉਹ ਬਿਲਕੁਲ ਸ਼ਾਈ ਨਹੀਂ ਹੈ, ਤੇ ਉਹ ਮਤਲਬ ਬਿਲਕੁਲ ਵੀ ਕਹਿ ਦਿੰਦੀ ਆ ਜੋ ਵੀ ਉਹਦਾ ਮਨ 'ਚ ਹੈਗਾ ਆ। ਤੇ ਕਿਵੇਂ ਲੱਗਿਆ, ਮੈਂ ਪਹਿਲਾਂ ਸਵਾਲ ਕੀਤਾ ਸੀ, ਇਸ ਫਿਲਮ 'ਚ ਕੰਮ ਕਰਕੇ ਕਿਵੇਂ ਲੱਗਿਆ? ਕੁਛ ਵੱਖਰਾ ਲੱਗਿਆ ਬਾਕੀ ਫਿਲਮਾਂ ਨਾਲੋਂ ਜਾਂ ਰੁਟੀਨ ਹੀ ਲੱਗੀ? ਇਹ 'ਚ ਬਹੁਤ ਡਿਫਰੈਂਸ ਸੀਗਾ ਕਿ ਅਸੀਂ ਸਾਰੇ ਮਤਲਬ ਕਿ ਸਟਾਰ ਕਾਸਟ ਅਸੀਂ ਦੇਖੀ ਆ, ਅਸੀਂ ਯੂ ਨੋ 6 ਜਾਣੇ ਆ, ਤੇ ਬਹੁਤ ਫਨ ਸੀਗਾ। ਆਈ ਥਿੰਕ ਅਸੀਂ ਸਾਰਿਆਂ ਦਾ ਇਕੁਅਲੀ ਪਾਰਟ ਹੈਗਾ ਫਿਲਮ ਦੇ ਵਿੱਚ, ਸੋ ਇੱਕ ਦੂਸਰੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਸੀ, ਕਿਉਂਕਿ ਅਸੀਂ ਸਾਰੇ ਆਲਮੋਸਟ ਸੇਮ ਲੈਵਲ ਤੇ ਸੀਗੇ ਉਸ ਟਾਈਮ, ਸੋ ਇਟ ਵਾਸ ਫਨ। ਤੇ ਤੁਸੀਂ ਪ੍ਰੀਮੀਅਰ ਦੇਖ ਲਿਆ ਫਿਲਮ ਦਾ ਕਿ ਦੇਖਣਾ ਜੀ? ਪ੍ਰੀਮੀਅਰ ਨਹੀਂ ਦੇਖਿਆ ਮੈਂ, ਬਸ ਡਬਿੰਗ ਦੌਰਾਨ ਜਿੰਨੀ ਕੁ ਵੀ ਮੈਂ ਦੇਖੀ ਆ ਬਹੁਤ ਵਧੀਆ ਲੱਗੀ ਜੀ ਫਿਲਮ, ਵਾਕਈ ਵਧੀਆ ਬਣੀ ਲੱਗਦੀ ਹੈ। ਅਤੇ ਅਸੀਂ ਜੇ ਗੱਲ ਕਰੀਏ ਹਰੀਸ਼ ਵਰਮਾ ਅਤੇ ਨਾਲ ਪ੍ਰਭਗਿੱਲ ਅਤੇ ਯੁਵਰਾਜ ਹੰਸ, ਤਿੰਨੇ ਜਾਣੇ ਮੇਲ ਲੀਡ 'ਤੇ ਨੇ, ਅਤੇ ਤੁਸੀਂ ਅਤੇ ਹੋਰ ਕੌਣ ਕੌਣ ਹੈਗੇ ਤੁਹਾਡੇ ਨਾਲ ਫੀਮੇਲ ਲੀਡ? ਮੈਂ ਹੈਗੀ ਹਾਂ, ਅਤੇ ਇੱਕ ਹੈਗੀ ਹੈ ਜੈਸਲੀਨ ਸਲੈਚ, ਅਤੇ ਨਕੀਤ ਢਿੱਲੋਂ। ਨਕੀਤ ਢਿੱਲੋਂ, ਹਾਂਜੀ। ਔਰ ਬਹੁਤ ਵਧੀਆ, ਇੱਕ ਵੱਖਰੀ ਤਰ੍ਹਾਂ ਦਾ ਹੈਗਾ ਵੈਸੇ ਨਾ ਜੀ ਫਿਲਮ ਦੇ ਵਿੱਚ, ਇੱਕ ਵੱਖਰਾਪਨ ਮੈਨੂੰ ਜਿਹੜਾ ਹੋਰ ਵੀ ਲੱਗਦਾ ਤੁਹਾਡੇ ਵਾਲੀ ਫਿਲਮ ਦੇ ਵਿੱਚ। ਨਹੀਂ ਤਾਂ ਜਦੋਂ ਹੁਣ ਲੋਕਡਾਊਨ ਲੱਗਿਆ ਸੀ ਨਾ ਜੀ, ਲੋਕਾਂ ਨੇ ਤਕਰੀਬਨ ਫਿਲਮਾਂ ਹੀ ਦੇਖੀਆਂ ਘਰ ਬੈਠ ਕੇ ਸਾਰੀਆਂ, ਅਤੇ ਮੈਂ ਕਈ ਵਾਰੀ 3-4 ਫਿਲਮਾਂ ਜਦੋਂ ਦੇਖਣੀਆਂ ਇੱਕ ਦਿਨ ਦੇ ਵਿੱਚ, ਤਾਂ ਮੈਨੂੰ ਇਹੀ ਲੱਗਣਾ ਵੀ ਚੇਤਾ ਹੀ ਨਹੀਂ ਰਹਿਣਾ ਵੀ ਕਿਹੜੀ ਫਿਲਮ ਦੇਖੀ ਆ, ਕਿਉਂਕਿ ਉਹੀ ਫਿਲਮ ਦੇ ਵਿੱਚ ਭੂਆ, ਉਹੀ ਫੁੱਫੜ, ਉਹੀ ਮਾਮੇ, ਉਹੀ ਚਾਚੇ ਤਾਏ, ਉਹੀ ਮਾਂ ਪਿਓ, ਉਹੀ ਸਾਰਾ ਕੁਛ ਹੁੰਦਾ ਸੀ, ਫਿਰ ਚੇਤਾ ਹੀ ਨਹੀਂ ਰਹਿੰਦਾ ਸੀ ਆਹ ਕਿਹੜੀ ਫਿਲਮ ਦਾ ਸੀਨ ਆ। ਇਹ ਇੱਕ ਵੱਖਰਾ ਤੁਹਾਡੀ ਫਿਲਮ ਦੇ ਵਿੱਚ ਹੈਗਾ, ਸਟਾਰਕਾਸਟ ਬਿਲਕੁਲ ਵੱਖਰੀ ਔਰ ਬਹੁਤ ਵਧੀਆ ਹੈਗੀ ਆ। ਅਤੇ ਹੋਰ ਕੀ ਵੱਖਰਾ ਹੈਗਾ ਜੀ ਇਸ ਫਿਲਮ ਦੇ ਵਿੱਚ ਸਾਡੇ ਦਰਸ਼ਕਾਂ ਦੇ? ਸਟੋਰੀ ਅਸੀਂ ਨਹੀਂ ਪੁੱਛਦੇ, ਕੋਈ ਵੱਖਰੀ ਗੱਲ ਜਿਹੜੀ ਹੈਗੀ? ਵੱਖਰੀ ਗੱਲ ਇੱਕ ਤਾਂ ਸੀ, ਪੁਰਾਣੀ ਫਿਲਮ 'ਚ ਸਭ ਨੂੰ ਗੁਰੀ ਬਹੁਤ ਪਸੰਦ ਸੀਗਾ, ਲਾਈਕ ਉਹ ਸਟਾਰ ਕਾਸਟ ਉਹਨਾਂ ਨੂੰ ਬਹੁਤ ਪਸੰਦ ਸੀ ਜਿਹੜੇ ਉਹ 3 ਮੇਲ ਸੀਗੇ, ਤੋ ਇਹਦੇ ਫਿਲਮ ਦੇ ਵਿੱਚ ਪ੍ਰਭਗਿੱਲ ਉਹ ਰੋਲ ਨਿਭਾ ਰਹੇ ਆ, ਤੇ ਸਟੋਰੀ ਐਂਡ ਡਿਫਰੈਂਟ ਆ, ਆਈ ਥਿੰਕ ਜੋ ਵੀ ਪਹਿਲੇ ਵਾਲੀ ਸਟੋਰੀ ਸੀ ਉਹ ਤੋਂ ਬਿਲਕੁਲ ਹੀ ਚੇਂਜ ਕਰਤੀ ਉਹਨਾਂ ਨੇ, ਤੇ ਆਈ ਥਿੰਕ ਬੜੇ ਥੋੜਾ ਮਾਡਰਨ ਜਿਹਾ ਟੱਚ ਦਿੱਤਾ ਸੀ, ਓਬਵੀਅਸਲੀ ਪਹਿਲੇ ਵਾਲੀ ਬਹੁਤ ਚੇਰ ਪੁਰਾਣੀ ਸੀਗੀ, ਹੁਣ ਥੋੜਾ ਜਿਹਾ ਲੱਗਦਾ ਕਿ ਅੱਜ ਕੱਲ੍ਹ ਨੂੰ ਜੋ ਵੀ ਮੁੱਦੇ ਹੈਗੇ ਆ ਥੋੜੇ ਜਿਹੇ ਅਸੀਂ ਉਹਨੂੰ ਮਤਲਬ ਮਾਡਰਨ ਜਿਹੇ ਟਾਈਪ 'ਚ ਦਿਖਾਇਆ ਕਿ ਅੱਜ ਕੱਲ੍ਹ ਲੋਕ ਕਿੱਦਾਂ ਫਰੈਂਡਸ਼ਿਪ ਹੁੰਦੀ ਜੀ। ਇੱਕ ਤਾਂ ਇਹ ਚੀਜ਼ ਹੋ ਗਈ ਮਾਡਰਨ ਫਰੈਂਡਸ਼ਿਪ ਦੀ ਗੱਲ ਕੀਤੀ ਹੈ, ਕੋਮੇਡੀ ਹੋਏਗੀ, ਬਾਕੀ ਟਵਿਸਟ ਵੀ ਹੋਏਗਾ ਸਟੋਰੀ ਦੇ ਵਿੱਚ ਜਿਹੋ ਜਿਹੀ ਆਪਾਂ ਟ੍ਰੇਲਰ ਦੇਖਦੇ ਜਾਂ ਗਾਣੇ ਦੇਖਦੇ ਹਾਂ, ਵੱਖਰਾਪਨ ਵੀ ਹੋਏਗਾ। ਪਰ ਜੇ ਅਸੀਂ ਓਵਰਆਲ ਫਿਲਮ ਨੂੰ ਸਰਵੇਖਣ ਕਰਨਾ ਹੋਵੇ ਜੀ ਕਿ ਕੋਮੇਡੀ ਹਾਵੀ ਹੈ, ਇਮੋਸ਼ਨ ਹਾਵੀ ਹੈ ਜਾਂ ਹੋਰ ਕੁਛ ਹਾਵੀ ਹੈ? ਆਈ ਥਿੰਕ ਪੰਜਾਬੀ ਫਿਲਮਾਂ 'ਚ ਕਾਮੇਡੀ ਤਾਂ ਜ਼ਰੂਰੀ ਹੈ, ਅਸੀਂ ਫੈਮਲੀਜ਼ ਹੱਸਣਾ ਬਹੁਤ ਪਸੰਦ ਕਰਦੇ ਹਾਂ, ਸੋ ਕਾਮੇਡੀ ਤਾਂ ਬਹੁਤ ਜ਼ਿਆਦਾ ਅਸੀਂ ਹੁੰਦਾ ਹੈ, ਅਤੇ ਆਈ ਥਿੰਕ ਡਰਾਮਾ ਵੀ ਬਹੁਤ ਹੈ ਜੋ ਕਿ ਹੈਗਾ ਆ ਮੁੱਦਾ, ਆਈ ਥਿੰਕ ਇਸ ਦਾ ਡਰਾਮਾ ਹੀ ਆ ਉਹਦੇ ਵਿੱਚ ਬਹੁਤ ਜ਼ਿਆਦਾ, ਅਤੇ ਬਹੁਤ ਇਮੋਸ਼ਨਸ ਵੀ ਹੈਗੇ ਆ, ਆਈ ਥਿੰਕ ਫਨ ਮੂਮੈਂਟਸ ਬਹੁਤ ਹੈਗੀਆਂ ਇਹਦੇ ਵਿੱਚ।
और टीम बड़ी वधिया, सारी टीम बहुत वधिया है और बड़ी वधिया रहेगा कम। एक छोटी जी ब्रेक लवेंगे जी, ब्रेक तो बाद असी एक सैगमेंट तो होर गल करांगे ते फिर उस तो बाद फिल्म दे विच असी फिल्म देख के फिर तुहानू फोन करांगे जी ते तुसी इसे तरह साडे नाल बने रहो और जिहड़े साडे दर्शक ने जी वह भी साडे नाल इसे तरह जुड़े रहो और नाल दी नाल अगर गल करिए तां बहुत ही प्यारी खूबसूरत अदाकारा जिहड़ी हैगी आ नवप्रीत बंगा और बहुत प्यार मिल रहा उन्होंने जो साडे दर्शक हैगे ने चंगी तरह जानते होणगे जिहड़े खास तौर पर यंग जनरेशन हैगी आ वो तो जदों भी यूट्यूब पर पहुँचे तो बहुत सारे बहुत ज़्यादा इन्हों के फॉलोअर ने तो हुण फिल्मों के भी पूरा मार्का जिहड़ा वो मार रहे ने ते मॉडलिंग दे विच भी इन्होंने पूरे अपने झंडे गड्ढे आ बहुत सारे। अमृत मान का एक गाना आया सी सच ते सुपना उहदे च भी उन्होंने करिया सी कम। गिप्पी गरेवाल का सूरज सीगा ते हुण हथियार टू आया पूरा सुपर डुपर हिट हैगा। दीप जंडू का भी गाना एक हद से उस भी काम किया, ये बारे भी असं गल करांगे पर फिलहाल एक ब्रेक लेने हैं। तुसी देखते रहो जस पंजाबी, मिलते हैं ब्रेक तो बाद। हाजिर हाँ जी, ब्रेक तो बाद एक बार मैं दर्शकों दस दो कालां तुहाड़ियां काफ़ी आ रही ने पर कालां का सिलसिला मैं अगले सैगमेंट तो शुरू करूँगा तो इस सैगमेंट के साडे नाल जुड़े ने नवप्रीत बंगा जी, उन्हां नाल होर थोड़ी देर गलबात करते हैं, उन्हां दी जिंदगी बारे जानते हैं तो नाले फिर फिल्म की होर गल असी करते हैं जी। नवप्रीत जी एक बार फिर स्वागत है जी तुहाडा ते नाल दी नाल अगर असी गल करिए फिल्म दीआं बहुत बहुत शुभकामनावां तुहाडी सारी टीम नूं ते फिल्म बारे पहिलां थोड़ा जिहा होर कुछ अगर तुसी कहना चाहुंदे हो दर्शकां नूं बेनती करनी चाहुंदे हो। पूरी दुनिया दे विच अपना प्रोग्राम इह देखिया जा रहा लाइव इस समय, कनेडा अमेरिका तो है ही है, आस्ट्रेलिया न्यूजीलैंड भी ते नाल दी नाल असी अगर गल करिए इंडिया भी ते बाकी जिहड़ियां इलीगल डब्बियां जिहियां आईआं तुहाडी कनेडा तो शुरू होईआं जिहड़ियां टीवीआं ते उहदे नाल सारी दुनिया ते देखिया जांदा ते तुसी की कहना चाहुंदे फिल्म बारे सद्दा देखण वास्ते दिओ। I just hope ke sare hun jitta lockdown khul gaya ya assi ta bahut excited aa ke finally movies dekh assi dekh sakde apni families de naal te tusi apni families nu leke jao aa family friendly drama te bahut sara hassa aya drama everything to this maya so obviously bilkul ji wale to thode karke jaange hun unne kehna vi zarur dekhi assi film jehde khaas taur te sade oh viewer ne jehde cinema de vich ghat jande ne ਜਿਹੜੇ ਕਿ ਅਸੀਂ ਕਹਿੰਦੇ ਹਾਂ ਓਲਡ ਹੈਗੇ ਨੇ ਬਜ਼ੁਰਗ ਬਜ਼ੁਰਗ ਉਹ ਵੀ ਜ਼ਰੂਰ ਦੇਖਣ ਜਾਣਗੇ ਜੀ, ਅੱਜ ਕੁੜੀ ਟੀ ਵੀ 'ਤੇ ਆਈ ਸੀ ਇਹ, ਅਸੀਂ ਵੀ ਦੇਖ ਕੇ ਆਉਣੀ ਫਿਲਮ, ਕਹਿਣਗੇ ਨਿਆਣਿਆਂ ਨੂੰ। ਅੱਛਾ ਅਸੀਂ ਅਗਰ ਨਵਪ੍ਰੀਤ ਅਤੇ ਬੰਗਾ ਦੀ ਗੱਲ ਕਰੀਏ ਤਾਂ ਤੁਹਾਡਾ ਇਸ ਫੀਲਡ ਦੇ ਵਿੱਚ ਤੁਸੀਂ ਦੱਸਿਆ ਜਿਵੇਂ ਕਿ ਯੂਟਿਊਬ ਦੇ ਉੱਪੋਂ ਤੁਸੀਂ ਯੂਟਿਊਬ ਦੇ ਜ਼ਰੀਏ ਆਏ ਹੋ, ਬੜੀ ਚੰਗਾ ਇੱਕ ਪਲੇਟਫਾਰਮ ਹੈਗਾ ਜਿਹਦੇ ਜ਼ਰੀਏ ਬਹੁਤ ਸਾਰਾ ਟੈਲੈਂਟ ਸਾਡੇ ਸਾਹਮਣੇ ਆਇਆ, ਬਹੁਤ ਸਾਰੇ ਗਾਇਕ ਕਲਾਕਾਰ ਸਾਡੇ ਸਾਹਮਣੇ ਆਏ ਆ ਅਤੇ ਅਦਰਵਾਈਜ਼ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਇਸ ਫੀਲਡ ਦੇ ਵਿੱਚ ਸੀਗਾ ਜਾਂ ਨਹੀਂ? ਨਹੀਂ, ਮੇਰੇ ਪਰਿਵਾਰ 'ਚ ਇੱਕ ਵੀ ਜਾਣਾ ਨਹੀਂ ਹੈਗਾ ਜਿਹੜਾ ਇਸ ਫੀਲਡ ਦੇ ਵਿੱਚ ਹੈਗਾ ਆ, ਤੋ ਜੋ ਵੀ ਸੀਗਾ ਮੈਂ ਖੁਦ ਹੀ ਵੈਂਚਰ ਕਰਕੇ ਟਰਾਈ ਕੀਤਾ ਆ ਤੇ ਸਾਰੇ ਬਹੁਤ ਹੈਪੀ ਆ, ਪਰ ਸਟਾਰਟਿੰਗ 'ਚ ਉਹਨਾਂ ਨੂੰ ਨਹੀਂ ਲੱਗਦਾ ਸੀਗਾ ਕਿ ਯੂਟਿਊਬ ਜਾਂ ਕੋਈ ਸੋਸ਼ਲ ਮੀਡੀਆ 'ਚ ਤੁਸੀਂ ਇੱਕ ਓਪਰਚੁਨਿਟੀਜ਼ ਲੈ ਕੇ ਆ ਸਕਦੇ ਹੋ, ਸੋ ਸਾਰੇ ਬਹੁਤ ਸਰਪ੍ਰਾਈਜ਼। ਤੇ ਯੂਟਿਊਬ ਦਾ ਕਿਵੇਂ ਸਬਬ ਬਣਿਆ? ਯੂਟਿਊਬ ਆਈ ਥਿੰਕ ਕਿਹੜੇ ਸਨ 'ਚ? ਮੈਂ ਸਭ ਤੋਂ ਪਹਿਲੀ ਵੀਡੀਓ ਪਾਈ ਸੀ ਆਈ ਥਿੰਕ 2015 ਦੇ ਵਿੱਚ। ਅੱਛਾ। ਮੈਂ ਆਪਣੀ ਲਿਫਟਿੰਗ ਜਿੱਦਾਂ ਜਿਮ ਦੀ ਵੀਡੀਓਜ਼ ਪਾਣੀਆਂ। ਪਹਿਲਾਂ ਤਾਂ ਮੈਂ ਫਿਟਨੈਸ ਦੀ ਬਹੁਤ ਕੀਤੀ ਤੇ ਉਹ ਤੋਂ ਬਾਅਦ ਥੋੜੇ ਲੋਕੀ ਦੇਖਣ ਲੱਗ ਪਏ ਕਿ ਆ ਥੋੜੀ ਪ੍ਰਿਯੰਕਾ ਨਾਲ ਇਹਦੀ ਸ਼ਕਲ ਮਿਲਦੀ ਆ। ਹਾਂ, ਤੇ ਉਹ ਬਹੁਤ ਮਤਲਬ ਪਾਪੂਲਰ ਹੋਈ ਸੋਸ਼ਲ ਮੀਡੀਆ ਤੇ ਚੀਜ਼ ਤੇ ਲੋਕੀ ਫਿਰ ਫੋਲੋ ਕਰਨ ਲੱਗ ਪਏ ਤੇ ਫਿਰ ਮੈਂ ਜਦੋਂ ਆਪਣੀ ਐਕਟਿੰਗ ਥੋੜੀ ਆਪਣੀ ਫਨੀ ਸਾਈਡ ਦਿਖਾਈ ਆਪਣੀ ਵੀਡੀਓਜ਼ ਪਾ ਕੇ ਉਹਨਾਂ ਨੂੰ ਮੇਰਾ ਵੀ ਆਹ ਪਸੰਦ ਆਇਆ, ਸੋ ਉਹ ਚੀਜ਼ ਨੇ ਮਤਲਬ ਮੈਨੂੰ ਹੈਲਪ ਕੀਤੀ ਆ ਜਸਟ ਨੋਟਿਸ ਹੋ। ਤੇ ਜੇ ਅਸੀਂ ਗੱਲ ਕਰੀਏ ਤੇ ਪਹਿਲਾਂ ਫਿਲਮਾਂ ਦੇ ਵਿੱਚ ਆਏ ਕਿ ਫਿਰ ਪਹਿਲਾਂ ਮਾਡਲਿੰਗ ਵਾਲੇ ਪਾਸੇ? ਸਭ ਤੋਂ ਪਹਿਲਾਂ ਆਈ ਥਿੰਕ ਸੌਂਗਸ ਦੇ ਵਿੱਚ 2016 'ਚ ਤੁਹਾਡਾ ਪਹਿਲਾ ਗੀਤ ਆਇਆ ਸੀ ਮੇਰੇ ਖਿਆਲ ਸੱਚ ਤੇ ਸੁਪਨਾ ਅੰਮ੍ਰਿਤ ਮਾਨ ਵਾਲਾ। ਹਾਂਜੀ ਹਾਂਜੀ। ਅੱਛਾ, ਅਤੇ ਉਸ ਤੋਂ ਬਾਅਦ ਫਿਰ 2017 ਪ੍ਰਵਾਨ ਸਿੰਘ ਆਈ ਫਿਲਮ। ਅੱਛਾ, ਮੈਂ ਇੱਕ ਅਜੀਬ ਸਬਬ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਅਸੀਂ ਗਾਣਿਆਂ ਦੀ ਗੱਲ ਕਰੀਏ, ਤੁਹਾਡਾ ਪਹਿਲਾ ਗਾਣਾ ਆਇਆ 2016 ਦੇ ਵਿੱਚ, ਦੂਜਾ ਆਇਆ 2018 ਦੇ ਵਿੱਚ, ਅਖੀਰਲੇ ਗਾਣੇ ਦੀ ਗੱਲ ਕਰੀਏ ਤਾਂ ਪਾਗਲ ਗਾਣਾ ਤੁਹਾਡਾ ਆਇਆ 2019 ਦੇ ਵਿੱਚ ਅਤੇ ਹਥਿਆਰ ਆਇਆ 2021 ਦੇ ਵਿੱਚ, ਦੋ ਦੋ ਸਾਲ ਦੇ ਗੈਪ ਬਾਅਦ। ਫਿਲਮ ਪਹਿਲੀ ਆਈ 2017 ਦੇ ਵਿੱਚ, ਦੂਜੀ ਜਿਹੜੀ ਮੁੰਡਾ ਫਰੀਦਕੋਟੀਆ ਆਈ 2019 ਦੇ ਵਿੱਚ, ਅਤੇ ਤੀਜੀ ਜਿਹੜੀ ਆ ਰਹੀ 2021 ਦੇ ਵਿੱਚ ਆ ਰਹੀ ਹੈ। ਇਹ ਦੋ ਦੋ ਸਾਲ ਦਾ ਗੈਪ ਦਾ ਕੀ ਸਬਬ ਹੈ? ਓ ਵਾਓ, ਹਾਂਜੀ, ਇੰਟਰਸਟਿੰਗ ਗੱਲ ਹੈ। ਹਾਂਜੀ, ਨਹੀਂ ਮਤਲਬ ਤੁਸੀਂ, ਮੈਂ ਸਿੱਧਾ ਸਵਾਲ ਤਾਂ ਇਹ ਹੈ ਵੀ ਵਿੱਚ ਵਿੱਚ ਗੈਪ ਇੰਨਾ ਕਿਉਂ ਤੁਹਾਡਾ ਪਿਆ? ਗੈਪ ਆਈ ਥਿੰਕ ਜ਼ਿਆਦਾਤਰ ਤਾਂ
ਪਹਿਲਾਂ ਤਾਂ ਜਦੋਂ ਤੁਹਾਡੀ ਮੂਵੀ ਬਣਦੀ ਹੈ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਦੋਂ ਰਿਲੀਜ਼ ਹੋਣੀ ਆ, ਹਾਂਜੀ ਲਾਈਕ ਜ਼ਿਆਦਾਤਰ ਤੁਸੀਂ ਵੇਟ ਬਹੁਤ ਕਰਦੇ ਹੁੰਦੇ ਹੋ ਕਦੋਂ ਆਣੀ ਹੈ, ਤਾਂ ਕਈ ਆਈ ਥਿੰਕ ਕੋਇਨਸੀਡੈਂਟਲ ਵੀ ਹੈਗਾ ਆ ਕਿ 2 ਸਾਲ ਵਿੱਚ ਹੈਗਾ ਗੈਪ, ਤੇ ਬਾਕੀ ਹੋ ਸਕਦਾ ਆ ਕਿ ਆਈ ਥਿੰਕ ਮੈਨੂੰ ਰੋਲ ਇਸ ਟਾਈਪ ਦਾ ਬਹੁਤ ਹੀ ਮਤਲਬ ਘੱਟ ਹੀ ਮਿਲਦਾ ਆ, ਐਂਡ ਜ਼ਿਆਦਾਤਰ ਅਗਰ ਤੁਹਾਨੂੰ ਕੋਈ ਓਪਰਚੁਨਿਟੀ ਆਉਂਦੀ ਤਾਂ ਤੁਸੀਂ ਮਤਲਬ ਸੋਚਣਾ ਪੈਂਦਾ ਆ ਇਸ ਪੁਆਇੰਟ ਤੇ ਆ ਕੇ, ਇਹ ਤਾਂ ਲੱਗਦਾ ਕਿ ਮੈਨੂੰ ਸੋਚਣਾ ਪੈਂਦਾ ਆ ਕਿ ਕਿਹੜੀ ਚੀਜ਼ ਮੈਨੂੰ ਬੈਨੀਫਿਟ ਕਰੇਗੀ, ਕਿਹੜੀ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਆ, ਸੋ ਆਈ ਥਿੰਕ ਜਿੰਨਾ ਤੁਸੀਂ ਪੇਸ਼ੈਂਟਲੀ ਰਹਿੰਦੇ ਹੋ ਜ਼ਿਆਦਾ ਕਾਹਲੀ ਨਹੀਂ ਕਰਦੇ ਹਰੇਕ ਚੀਜ਼ ਨੂੰ, ਹਾਂ ਨਹੀਂ ਕਰਦੇ ਤਾਂ ਬੈਟਰ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਰੋਲ ਕਰਨੇ ਪਸੰਦ ਕਰੋਗੇ ਜੀ, ਜਿੱਦਾਂ ਤੁਸੀਂ ਹੁਣ ਇੱਕ ਤੁਹਾਡੀ ਇਮੇਜ ਜਿਵੇਂ ਕਹਿੰਦੇ ਬਜ ਜਿਹੜਾ ਆਰਟਿਸਟ ਆ ਜਾਂ ਐਕਟਰ ਬੰਦਾ ਉਹ ਹਰ ਤਰ੍ਹਾਂ ਦਾ ਰੋਲ ਕਰ ਸਕਦਾ ਹੁੰਦਾ, ਹਰ ਤਰ੍ਹਾਂ ਦਾ ਜੋ ਇੱਕ ਰੋਲ ਕਰ ਸਕਦਾ ਸਾਰੇ ਕਰ ਸਕਦਾ, ਅਤੇ ਤੁਹਾਨੂੰ ਜ਼ਿਆਦਾ ਔਫਰ ਇਸ ਤਰ੍ਹਾਂ ਦੇ ਰੋਲ ਦੀ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਮੇਜ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਜਿਵੇਂ ਚੱਲਦਾ ਉਵੇਂ ਚੱਲੀ ਜਾਣ ਦਿਓਗੇ? ਆਈ ਥਿੰਕ ਮੈਨੂੰ ਮੇਰਾ ਫੋਕਸ ਹੈਗਾ ਕਿ ਮੈਂ ਇੱਕ ਸਟਰੋਂਗ ਲੀਡ ਬਣਾ, ਤੇ ਉਸ ਚੀਜ਼ ਲਈ ਵੀ ਹਾਂ ਤੁਹਾਨੂੰ ਬਹੁਤ ਵਰਕ ਕਰਨਾ ਪੈਂਦਾ ਆ, ਤੇ ਸਾਡੇ 'ਚ ਬਹੁਤ ਆਈ ਥਿੰਕ ਕੰਪਲੀਟ ਪਰਸਨੈਲਿਟੀ ਮੈਂ ਦੇਖਣਾ ਚਾਹੂੰਗੀ, ਇਨਸਟੈਡ ਆਫ ਕਿ ਮੈਂ ਇੱਕ ਹੀ ਪਰਸਨੈਲਿਟੀ ਦਿਖਾ ਕਿ ਮੇਰਾ ਹਰੇਕ ਸਾਈਡ ਦੇਖੇ ਆਡੀਅੰਸ ਤੇ ਉਹ ਪਸੰਦ ਆਵੇ, ਲਾਈਕ ਭਾਵੇਂ ਕਾਮੇਡੀ ਆ ਭਾਵੇਂ ਡਰਾਮਾ ਆ ਐਕਸ਼ਨ ਹੈ, ਤੇ ਆਈ ਥਿੰਕ ਉਹਨਾਂ ਨੂੰ ਲੱਗੇ ਕਿ ਮੈਂ ਸਾਰਾ ਕੁਛ ਇਹਦਾ ਦੇਖ ਸਕਦੀ ਹਾਂ, ਸਾਰੀ ਫਿਲਮ ਇਹਦੇ ਤੇ ਦੇਖ ਸਕਦੀ ਹਾਂ, ਜੀ ਵਧੀਆ। ਮੈਂ ਭਲਵਾਨ ਸਿੰਘ ਵੀ ਦੇਖੀ ਅਤੇ ਮੁੰਡਾ ਫਰੀਦਕੋਟ ਕੇ ਵੀ ਦੇਖੀ, ਉਹ 'ਚ ਮੇਰਾ ਵੀ ਸੀਗਾ ਰੋਲ ਮੁੰਡਾ ਫਰੀਦਕੋਟੀ ਦੇ ਵਿੱਚ, ਪਰ ਮੈਂ ਫਿਰ ਵਾਪਸ ਇੱਧਰ ਆਉਣਾ ਸੀ ਅਮੈਰੀਕਾ ਅਤੇ ਉਹ ਫਿਰ ਡੇਟਾਂ ਮੈਚ ਨਹੀਂ ਕੀਤੀਆਂ, ਅਤੇ ਪਰ ਮੈਨੂੰ ਉਹ ਰੋਲ ਬਹੁਤ ਵਧੀਆ ਤੁਹਾਡਾ ਲੱਗਿਆ, ਬਹੁਤ ਵਧੀਆ ਰੋਲ ਲੱਗਿਆ ਜਿਹੜਾ ਮੁੰਡਾ ਫਰੀਦਕੋਟੀ ਵਾਲਾ, ਅਤੇ ਇਹ ਵੀ ਉਮੀਦ ਹੈ ਵਧੀਆ ਹੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਵਧੀਆ ਹੀ ਕਰੋਗੇ। ਅਤੇ ਬਾਕੀ ਸਿਹਤ ਦਾ ਤੁਸੀਂ ਬਹੁਤ ਧਿਆਨ ਰੱਖਦੇ ਹੋ, ਪਹਿਲਾਂ ਤੁਸੀਂ ਯੂਟਿਊਬ ਦੇ ਉੱਪਰ ਇਸੇ ਗੱਲ 'ਤੇ ਹਿੱਟ ਹੋਏ ਸੀਗੇ ਵੀ ਸਿਹਤ ਦੀ ਫਿਟਨੈਸ ਬਾਰੇ। ਹਾਂਜੀ ਸਿਹਤ ਦਾ ਤਾਂ ਆਈ ਥਿੰਕ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆ, ਤੇ ਮੈਂ ਨੋਟਿਸ ਕੀਤੀ ਸੀ ਕਿ ਬਹੁਤ ਕੁੜੀਆਂ ਆਈ ਥਿੰਕ ਥੋੜੀਆਂ ਡਰਦੀਆਂ ਸੀ ਜਿਮ ਜਾਣ ਨੂੰ ਕਿਉਂਕਿ ਥੋੜਾ ਮੇਲ ਡੋਮੀਨੇਟਡ ਫੀਲ ਹੈਗੀ ਆ ਕਿ, ਪਰ ਮੈਂ ਕਿਹਾ ਸਿਰਫ ਮੇਲਸ ਹੀ ਕਿਉਂ ਆਪਣੀ ਬਾਡੀ ਦਾ ਧਿਆਨ ਰੱਖੇ, ਸਾਨੂੰ ਸਾਰਿਆਂ ਨੂੰ ਐਜ਼ ਅ ਸੋਸਾਇਟੀ ਰੱਖਣਾ ਚਾਹੀਦਾ ਆ, ਖਾਣ ਪੀਣ ਦਾ ਹੋਵੇ ਜਾਂ ਆਪਣੀ ਯੂ ਨੋ ਫਿਟਨੈਸ ਦਾ ਹੋਵੇ, ਜਿਮ ਜਾਣਾ ਹੋਵੇ, ਆਈ ਥਿੰਕ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਆ, ਤੇ ਆਹ ਚੀਜ਼ ਮੈਂ ਬਲੀਵ ਕਰਦੀ ਹਾਂ, ਸੋ ਇਸ ਤੋਂ ਹੀ ਮੇਰੀ ਜਰਨੀ ਸ਼ੁਰੂ ਹੋਈ ਸੀ। ਜੇ ਤੁਸੀਂ ਖਾਣ ਪੀਣ ਦੇ ਵੀ ਸ਼ੌਕੀਨ ਹੋ ਤਾਂ ਖਾਣ ਪੀਣ ਵੀ ਤਾਂ ਹੀ ਪਾਈਦਾ ਜੇ ਤੁਸੀਂ ਨਾਲ ਐਕਸਰਸਾਈਜ਼ ਕਰਦੇ ਹੋ, ਜਿਮ ਵਗੈਰਾ ਜਾਂਦੇ ਹੋ, ਅਤੇ ਉਹ ਇਕੱਲਾ ਖਾਣ ਪੀਣ ਹੀ ਪਸੰਦ ਹੋਵੇ ਤਾਂ ਫਿਰ ਨਹੀਂ ਸੂਤ ਆਉਂਦਾ, ਫਿਰ ਸਿਹਤ ਠੀਕ ਨਹੀਂ ਰਹਿੰਦੀ। ਅਤੇ ਅੱਛਾ ਜਸਮੀਤ, ਗੁੱਸਾ ਕਿੰਨਾ ਕੁ ਆਉਂਦਾ ਹੈ? ਸੋਰੀ ਜਸਪ੍ਰੀਤ, ਜਸਪ੍ਰੀਤ ਜੀ ਆਪਣਾ ਨਵਪ੍ਰੀਤ ਜੀ, ਸੋਰੀ, ਗੁੱਸਾ ਕਿੰਨਾ ਕੁ ਆਉਂਦਾ? ਆਈ ਥਿੰਕ ਪੰਜਾਬੀਆਂ ਨੂੰ ਗੁੱਸਾ ਸਾਡੇ ਬਲੱਡ 'ਚ ਹੀ ਹੈ, ਤੇ ਗੁੱਸਾ ਮੈਨੂੰ ਆ ਜਾਂਦਾ ਆ। ਕਿਹੜੀ ਗੱਲ ਤੋਂ ਆਉਂਦਾ ਜ਼ਿਆਦਾ? ਕਿਹੜੀ ਗੱਲ ਤੋਂ ਨਹੀਂ ਆਉਂਦਾ? ਅੱਛਾ, ਇਹ ਤੁਹਾਡੇ ਜਿਹੜੇ ਨਾਲ ਦੇ ਫਿਲਮ ਵਾਲੇ ਹਰੀਸ਼ ਨੂੰ ਪੁੱਛ ਲਾਂਗੇ, ਹਰੀਸ਼ ਦੀ ਇੰਟਰਵਿਊ ਜਦੋਂ ਕਰਨੀ ਆ। ਉਹਨਾਂ ਨੇ ਸਾਰਾ ਦੇਖਿਆ। ਅੱਛਾ ਅੱਛਾ ਅੱਛਾ, ਤੇ ਆਉਣ ਵਾਲੇ ਪ੍ਰੋਜੈਕਟ ਕੋਈ ਹੈਗੇ ਜਿਹੜੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨੇ ਚਾਹੋ ਜੀ? ਆਉਣ ਵਾਲੇ ਹੈਗੇ ਆ ਤੇ ਆਈ ਥਿੰਕ ਉਹ ਨਾਲ ਦੀ ਨਾਲ ਨੈਕਸਟ ਮੰਥ ਹੀ ਆ ਰਹੇ ਆ, ਸੋ ਅਜੇ ਮੈਂ ਕੁਛ ਕਹਿਣਾ ਨਹੀਂ ਚਾਹੂੰਗੀ। ਚਲੋ, ਉਹ ਟਾਈਮ ਦੇ ਹਿਸਾਬ ਨਾਲ ਅਸੀਂ ਫਿਰ ਇੰਟਰਵਿਊ ਕਰ ਲਵਾਂਗੇ। ਫਿਰ ਜਿਹੜਾ ਤੁਹਾਡਾ ਯੂਟਿਊਬ ਵਾਲਾ ਸੀਗਾ ਪੱਖ, ਤੇ ਉਹ ਹੁਣ ਚੱਲਦਾ ਜਾਂ ਉਹ ਬ੍ਰੇਕ ਲਾਤੀ? ਮੈਂ ਬ੍ਰੇਕ ਲਿੱਤੀ ਸੀਗੀ ਥੋੜੀ ਜੀ, ਪਰ ਹੁਣ ਮੈਂ ਦੁਬਾਰਾ ਸ਼ੁਰੂ ਕਰ ਰਹੀ ਆ ਕਿਉਂਕਿ ਜਿੱਦਾਂ ਹੁਣ ਮੈਂ ਐਜ਼ ਯੂਟਿਊਬਰ ਤੋਂ ਐਕਟਰ ਬਣੀ ਤੇ ਮੈਂ ਐਕਟਿੰਗ ਤੇ ਫੋਕਸ ਕੀਤਾ ਤੇ ਮੈਂ ਯੂਟਿਊਬ ਨੂੰ ਪਿੱਛੇ ਛੱਡਤਾ, ਹੁਣ ਮੈਨੂੰ ਲੱਗਦਾ ਕਿ ਮੈਂ ਉਸ ਚੀਜ਼ ਨੂੰ ਕਿੱਦਾਂ ਛੱਡ ਸਕਦੀ ਜਿਹੜੀ ਮੈਨੂੰ ਉੱਥੇ ਲੈ ਕੇ ਆਈ ਆ, ਭਾਵੇਂ ਜਿੰਨੇ ਮਰਜ਼ੀ ਵਿਊਜ਼ ਹੋਣ, ਆਈ ਥਿੰਕ ਮੈਨੂੰ ਕੰਟੀਨਿਊ ਕਰਨਾ ਚਾਹੀਦਾ ਆ ਤੇ ਇਸ ਸਾਲ ਮੈਂ ਉਹ ਕਰ ਰਹੀ ਹਾਂ। ਬਿਲਕੁਲ। ਤੇ ਪਹਿਲੀਆਂ ਫਿਲਮਾਂ ਦੇਖੀਆਂ ਪੰਜਾਬੀ ਕੋਈ ਜਾਂ ਨਹੀਂ? ਮੈਂ ਕੋਈ ਫਿਲਮ ਦੇਖੀ ਪਹਿਲਾਂ, ਮੈਂ ਬਹੁਤ ਫੈਨ ਹੁੰਦੀ ਸੀ ਜਿਹੜੀ ਪੁਰਾਣੀ ਫਿਲਮਾਂ, ਤੁਸੀਂ ਕਿਹਾ ਤੁਸੀਂ ਭਗਵੰਤ ਮਾਨ ਦੇ ਟਾਈਮ, ਮੈਂ ਭਗਵੰਤ ਮਾਨ ਦੀ ਬਹੁਤ ਵੱਡੀ ਫੈਨ ਸੀ ਛੋਟੇ ਹੁੰਦੇ। ਹਾਂਜੀ ਹਾਂਜੀ, ਨਹੀਂ ਤੁਸੀਂ ਅਜੇ ਵੀ ਛੋਟੇ ਹੋ। ਪਰ ਮੈਂ ਸਾਰੇ ਸ਼ੋਜ਼ ਜਿਹੜਾ ਕਾਮੇਡੀ ਹੁੰਦੀ ਸੀ ਉਸ ਟਾਈਮ, ਮੈਨੂੰ ਸਾਰੀ ਮੂਵੀਜ਼ ਯਾਦ ਆ, ਜਿੱਦਾਂ ਹਰਭਜਨ ਮਾਨ ਦੀ ਵੀ ਟਾਈਮ ਯਾਦ ਆ ਮੈਨੂੰ। ਹਾਂਜੀ, ਗੁਰਦਾਸ ਮਾਨ ਦੀ ਮੂਵੀਜ਼ ਆਉਂਦੀਆਂ ਹੁੰਦੀਆਂ ਸੀਗੀਆਂ ਉਸ ਟਾਈਮ, ਮਤਲਬ ਪੰਜਾਬੀ ਇੰਡਸਟਰੀ ਇੰਨੀ ਵੱਡੀ ਨਹੀਂ ਸੀ ਪਰ ਬਹੁਤ ਪਿਆਰੀ ਸੀਗੀ, ਤੇ ਮੈਨੂੰ ਉਹ ਟਾਈਮ ਹਜੇ ਵੀ ਚੇਤੇ ਆ, ਮਤਲਬ ਬਹੁਤ ਚੰਗਾ।
हाँ नहीं बे बिल्कुल फर्क पै गया पहला नालों और हुण फिल्मां बनन नूं फर्क पै गया। पहला तो बहुत लंबा समा लग जांदा सीगा, हुण तो यह है भी दिने शूटिंग करो तो शामी डबिंग करो, उत्थे ही जे चंडीगढ़ मोहाली शूटिंग चलती है शामी डबिंग करो, तो तुसीं जिन्ने सीन कीते ने तो जो तुहाडी शूटिंग खत्म हुई तुसीं वेले तुसीं अपना होर काम कर सकते हो। पहला बॉम्बे जाना पैंदा सी आर्टिस्टां नूं, बहुत फर्क पै गया फिल्मां दा। तो उह तां फिल्मां किस तरह दीआं देखण नूं किस तरह दीआं पसंद आ जी तुहानूं, फिल्मां इमोशनल जां कॉमेडी? ਫਿਲਮਾਂ ਮੈਨੂੰ ਜਿੱਦਾਂ ਕੋਈ ਥ੍ਰਿਲਰ ਟਾਈਪ ਹੋਵੇ ਅੱਛਾ ਮੈਨੂੰ ਉਦੋਂ ਕਿ ਤੁਹਾਡੀ ਅਟੈਂਸ਼ਨ ਤੁਹਾਡਾ ਮਤਲਬ ਸਾਰਾ ਕੁਝ ਤੁਹਾਨੂੰ ਬਸ ਕਨੈਕਟਡ ਰੱਖੇ ਸਾਰੀ ਕਨੈਕਟ। ਬਿਲਕੁਲ ਬਿਲਕੁਲ ਜੀ, ਮੈਂ ਕਹਿੰਦਾ ਹੌਲੀ ਹੌਲੀ ਤੁਸੀਂ ਵੀ ਦੇਖੋ ਤੁਹਾਡੀ ਇਮੇਜ ਇਹੋ ਜਿਹੀ ਬਣ ਜਾਣੀ, ਇਹ ਪੰਜਾਬੀ ਹੀਰੋ ਇਹਨਾਂ ਦੀ ਰਜਨੀਕਾਂਤ ਬਣ ਜਾਣਾ, ਤੁਸੀਂ ਦੇਖਿਓ ਫਿਰ ਥ੍ਰਿਲ ਫਿਲਮਾਂ ਕਰਕੇ। ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਤੁਹਾਨੂੰ ਨਪ੍ਰੀਤ ਜੀ, ਤੁਹਾਨੂੰ ਵੀ ਫਿਲਮ ਵਾਸਤੇ ਤਾਂ ਹੈਗੀਆਂ ਹੈਗੀਆਂ, ਅਤੇ ਅਖੀਰ ਦੇ ਵਿੱਚ ਫਿਰ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ, ਕੋਈ ਦੋ ਸ਼ਬਦ ਆਪਣੇ ਬਾਰੇ ਦੱਸਣੇ ਚਾਹੁੰਦੇ ਕੋਈ, ਜਾਂ ਫਿਲਮ ਬਾਰੇ ਗੱਲ ਕਰਨੀ ਚਾਹੁੰਦੇ? ਆਈ ਵੁੱਡ ਸੇ ਕਿ ਤੁਸੀਂ ਅਗਰ ਤੁਹਾਨੂੰ ਕੋਈ ਵੀ ਚੀਜ਼ ਤੇ ਟਾਈਮ ਚਾਹੀਦਾ ਆ ਤੇ ਅਸੀਂ ਜਿਹੜਾ ਲੋਕਡਾਊਨ ਹੋਇਆ ਮੈਨੂੰ ਲੱਗਦਾ ਸਭ ਕੁਝ ਇੱਕ ਰੀਜ਼ਨ ਲਈ ਹੋਇਆ, ਸਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਦੀ ਲੋੜ ਸੀਗੀ ਤੇ ਇੱਕ ਵਾਰ ਅਸੀਂ ਉਹ ਲੈਣ ਤੋਂ ਬਹੁਤ ਡਰਦੇ ਹਾਂ, ਸਾਨੂੰ ਲੱਗਦਾ ਅਸੀਂ ਪਤਾ ਨੀ ਕਿੰਨੇ ਪਿੱਛੇ ਰਹਿ ਜਾਣਾ ਆ ਕਿ ਮੈਂ ਦੋ ਵਾਲੇ ਤੇ ਆ ਜੋ ਟਾਈਮ ਸਾਨੂੰ ਮਿਲਿਆ ਆ ਮੈਨੂੰ ਤਾਂ ਇੱਦਾਂ ਲੱਗਿਆ ਕਿ ਮੈਨੂੰ ਬਹੁਤ ਬੈਨੀਫਿਟ ਹੋਇਆ ਆ, ਭਾਵੇਂ ਸਾਡੀ ਫਿਲਮ ਵੀ ਇਸ ਦੇ ਨਾਲ ਲੇਟ ਹੋਈ ਆ ਲੇਟ ਹੋਈ ਹਾਂ ਵਿਚ ਇਜ਼ ਸੈਡ ਤੇ ਪਰ ਮੈਨੂੰ ਲੱਗਾ ਜਿਹੜੀ ਬ੍ਰੇਕ ਆ ਸਾਰਿਆਂ ਨੂੰ ਲੋੜ ਸੀਗੀ ਤੇ ਸਾਨੂੰ ਥੋੜਾ ਸ਼ਾਂਤੀ ਨਾਲ ਬਹਿਣ ਦਾ ਯੂ ਨੋ ਮੌਕਾ ਮਿਲਿਆ। ਸੋ ਆ ਤੇ ਲੋਕਾਂ ਨੂੰ ਬਸ ਆ ਚੀਜ਼ ਯਾਦ ਰੱਖਣੀ ਚਾਹੀਦੀ ਕੋਵਿਡ ਤੋਂ ਬਾਅਦ ਵੀ ਕਿ ਆਹ ਜੋ ਵੀ ਤੁਹਾਨੂੰ ਸਿੱਖਣ ਨੂੰ ਮਿਲਿਆ ਆਹ ਟਾਈਮ ਦੇ ਵਿੱਚ ਉਹਨੂੰ ਆਪਣੇ ਨਾਲ ਯਾਦ ਰੱਖਿਓ ਤੇ ਯੂ ਨੋ ਪੇਸ਼ੈਂਸ ਰਹੋ, ਪੇਸ਼ੈਂਸ ਰੱਖੋ ਤੇ ਸ਼ਾਂਤੀ ਨਾਲ ਰਹੋ, ਆਹ ਸਭ ਬਹੁਤ ਇੰਪੋਰਟੈਂਟ ਸੀਗਾ। ਪਰ ਯਾਰ ਤੁਸੀਂ ਸਾਡੀ ਫਿਲਮ ਦੇਖਣ ਜਾਇਓ, ਮੈਂ ਤਾਂ ਬਹੁਤ ਐਕਸਾਈਟਿਡ ਆਪਣੀ ਫੈਮਿਲੀ ਨੂੰ ਲੈ ਕੇ ਜਾਣ ਕੇ ਕਿਉਂਕਿ ਸਾਨੂੰ ਤਾਂ ਬਹੁਤ ਚਿਰ ਹੋ ਗਈ ਫਿਲਮ ਦੇਖੇ, ਸੋ ਤੁਹਾਨੂੰ ਵੀ ਬਹੁਤ ਪਸੰਦ ਆਊਗੀ। ਸੋ ਯਾ ਜ਼ਰੂਰ ਜ਼ਰੂਰ, ਅਖੀਰ ਦੇ ਵਿੱਚ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਤੇ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ, ਬਾਏ 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 ਬਾਏ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਨਵਪ੍ਰੀਤ ਬੰਗਾ ਜੀ ਸਾਡੇ ਨਾਲ ਜੁੜੇ ਹੋਏ ਸੀ ਸਕਾਈਪ ਦੇ ਜ਼ਰੀਏ ਕੈਨੇਡਾ ਤੋਂ, ਔਰ ਤੁਸੀਂ ਲਾ ਲਿਆ ਹੋਣਾ ਸਾਹਿਬ ਕਿਉਂਕਿ ਦੇਖੋ ਗੱਲਬਾਤ ਤੋਂ ਪਤਾ ਲੱਗ ਜਾਂਦਾ ਬੰਦੇ ਦਾ, ਅਤੇ ਗੱਲਬਾਤ ਜਿਹੜੀ ਉਹ ਇਹਨਾਂ ਨੇ ਇੰਨੀ ਵਧੀਆ ਕੀਤੀ ਹੈ ਅਤੇ ਐਕਟਿੰਗ ਵੀ ਵਧੀਆ ਕਰਦੇ ਨੇ ਅਤੇ ਫਿਲਮ ਵੀ ਇਹਨਾਂ ਦੀ ਬਹੁਤ ਵਧੀਆ ਹੋਏਗੀ ਯਾਰ ਅਨਮੁੱਲੇ ਰਿਟਰਨਸ, 10 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ ਵਰਲਡ ਵਾਈਡ। ਸੋ ਇਹੀ ਹੈ ਕਿ ਫਿਲਮਾਂ ਨੂੰ, ਫਿਲਮਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ, ਸਾਡੇ ਮਨੋਰੰਜਨ ਦਾ ਇੱਕ ਬਹੁਤ ਵਧੀਆ ਸਾਧਨ ਨੇ ਫਿਲਮਾਂ। ਸੋ ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਲੇਬਰ ਦੀ ਵੀ ਵਾਲੀ ਗੱਲ ਨਹੀਂ ਹੋਈ, ਲੇਬਰ ਡੇ ਦੀ ਵੀ ਗੱਲ ਜ਼ਿਆਦਾ ਨਹੀਂ ਹੋਈ, ਇਹ ਬੱਚਿਆਂ ਦੇ ਸਕੂਲ ਸ਼ੁਰੂ ਹੋ ਜਾਂਦੇ ਹੁਣ ਇਸ ਤੋਂ ਬਾਅਦ ਨਾਲ ਦੀ ਨਾਲ, ਅਤੇ ਅਮੈਰੀਕਾ ਦੇ ਵਿੱਚ ਵੀ ਸ਼ਾਇਦ ਸ਼ੁਰੂ ਹੋ ਗਏ ਨੇ ਸਕੂਲ ਤਾਂ ਕਾਫੀ ਜ਼ਿਆਦਾ, ਅਤੇ ਦੂਜੀ ਗੱਲ ਇਹ ਹੈ ਕਿ ਕੰਮਕਾਰਾਂ ਦੇ ਇੱਧਰਲੇ ਜਿਹੜੇ ਤਿਉਹਾਰ ਨੇ ਉਹ ਵੀ ਸ਼ੁਰੂ ਹੋ ਗਏ ਨੇ ਨਾਲ ਨਾਲ, ਦੱਸਦਾ ਪੂਰੀ ਚਹਿਲ ਪਹਿਲ ਹੈਗੀ ਆ ਕੈਲੀਫੋਰਨੀਆ ਦੀ ਗੱਲ ਕਰੀਏ, ਪਰ ਮਾਸਕ ਸਭ ਨੇ ਪਾਏ ਹੋਏ ਸੀ, ਅਸੀਂ ਕੱਲ੍ਹ ਅਤੇ ਪਰਸੋਂ ਜਦੋਂ ਗਏ ਹਾਂ ਬਾਜ਼ਾਰਾਂ ਦੇ ਵਿੱਚ ਮਾਸਕ ਸਭ ਨੇ ਪਾਏ ਹੋਏ ਸੀਗੇ ਤਕਰੀਬਨ, ਅਤੇ ਇਹ ਇੱਕ ਦੁਬਾਰਾ ਮੇਰੇ ਖਿਆਲ ਮੈਂਡੇਟਰੀ ਕੀਤੇ ਆ ਕੈਲੀਫੋਰਨੀਆ ਨੇ, ਔਰ ਚੰਗੀ ਗੱਲ ਹੈਗੀ ਆ, ਮਾਸਕ ਪਾਵਾਂਗੇ ਬਚੇ ਰਹਾਂਗੇ, ਪਰ ਉਸ ਤੋਂ ਪਹਿਲਾਂ ਜ਼ਰੂਰੀ ਚੀਜ਼ ਜਿਹੜੀ ਹੈਗੀ ਆ ਦੋਨੋਂ ਟੀਕੇ ਲਗਵਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ। ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਇੰਜੈਕਸ਼ਨ ਲਵਾਈਏ ਅਤੇ ਫਿਰ ਆਪਾਂ ਪਹਿਲਾਂ ਵਾਂਗੂ ਮੇਲੇ ਮੂਲੇ ਜਿਹੜੇ ਇਕੱਠੇ ਕਰੀਏ, ਜਿਵੇਂ ਬਹੁਤ ਸਾਰੇ ਮੇਲੇ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ। 16 ਅਕਤੂਬਰ ਨੂੰ ਸਾਡੇ ਵਾਲਾ ਪ੍ਰੋਗਰਾਮ ਜਿਹੜਾ ਹੈਗਾ ਮਿਸ ਐਂਡ ਮਿਸਿਜ਼ ਪੰਜਾਬ ਐਂਡ USA ਉਹ ਹੋ ਰਿਹਾ ਹੈਗਾ, ਅਤੇ ਉਹਦੇ ਲਾਈਵ ਅਸੀਂ ਜਸ ਪੰਜਾਬੀ 'ਤੇ ਦਿਖਾਵਾਂਗੇ। ਕੋਈ ਸਪੋਂਸਰਸ਼ਿਪ ਕਰਨੀ ਚਾਹੁੰਦੇ ਹੋ, ਨਾਲ ਜੁੜਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਲਓ 209-450-3362। ਅਤੇ ਜੇ ਟਿਕਟਾਂ ਦੀ ਗੱਲ ਕਰਨੀ ਹੈ, ਟਿਕਟਾਂ ਲੈਣੀਆਂ ਚਾਹੁੰਦੇ ਹੋ ਉਸ ਸ਼ੋਅ ਦੀਆਂ, ਤਾਂ ਉਹ ਫੋਨ ਕਰਕੇ ਰਿਜ਼ਰਵ ਕਰਾਉਣੀਆਂ ਪੈਣਗੀਆਂ ਕਿੰਮੀ ਵਰਮਾ ਜੀ ਨੂੰ, ਉਹਨਾਂ ਦਾ ਨੰਬਰ ਹੈਗਾ 530-650-2777 503-650-2777। ਕਿਤੇ ਵੀ ਕਾਲ ਕਰ ਸਕਦੇ ਹੋ ਕਿਸੇ ਇਨਫੋਰਮੇਸ਼ਨ ਵਾਸਤੇ। ਹੁਣ ਮੈਨੂੰ ਆਗਿਆ ਤੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।